ਸਾਡੇ ਪਿਆਰ ਵਾਲੇ ਇੱਕ ਸੰਗੀ ਨੇ ਜੀ, ਗੁਰਮੁਖ ਪਿਆਰੇ ਸਰਦਾਰ ਗੁਰਮੀਤ ਸਿੰਘ ਜੀ, ਉਹਨਾਂ ਨੇ ਇਹ ਜ਼ਿਕਰ ਅਰਦਾਸ ਨੂੰ ਸੁਣਾਇਆ ਸੀ। 1972 ਦੀ ਗੱਲ ਹੈ, 72 ਉਹਨਾਂ ਦੇ ਪਿਤਾ ਜੀ ਦਾ ਇਹ ਜ਼ਿਕਰ, ਪਿਤਾ ਜੀ ਦਾ ਜ਼ਿਕਰ। ਅੱਗੇ ਸਤਸੰਗ ਹੈਂਡ ਪੰਪ ਹੁੰਦੇ ਸਨ, ਘਰ ਚ ਨਲਕੇ ਹੁੰਦੇ ਸਨ, ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਗੁਰਮੁਖ ਪਿਆਰੇ ਸਰਦਾਰ ਜਗਜੀਤ ਸਿੰਘ ਜੀ। ਉਹ ਕਹਿੰਦੇ ਮੇਰੇ ਪਿਤਾ ਜੀ ਇਸ਼ਨਾਨ ਕਰਦੇ ਪਏ ਨਲਕੇ ਚ, ਨਲਕੇ ਦੇ ਥੱਲੇ ਪਾਣੀ ਥੱਲੇ ਸਾਥ ਇਸ਼ਨਾਨ ਕਰਦਿਆਂ ਨੂੰ ਕੀ ਵੇਖਿਆ ਕਿ ਕਛਹਿਰੇ ਚ ਖੂਨ ਲੱਗਾ, ਕਛਹਿਰੇ ਚ ਖੂਨ, ਤੇ ਦੇਖਣ ਵਾਲਿਆਂ ਨੇ ਵੀ ਵੇਖਿਆ ਵੀ ਖੂਨ ਲੱਗਾ, ਦੱਸਿਆ ਕਿ ਵੀ ਤੁਹਾਡੇ ਕਛਹਿਰੇ ਚ ਖੂਨ ਲੱਗਾ। ਹੁਣ ਆਮ ਤੌਰ ਤੇ ਬੰਦੇ ਦਾ ਧਿਆਨ ਜਾਂਦਾ ਕੋਈ ਜ਼ਖਮ ਜ਼ੁਖਮ ਜਾਂ ਕੋਈ ਫੋੜਾ ਨਾ ਹੋਇਆ ਹੋਵੇ, ਜਿਹੜਾ ਜਿੱਥੋਂ ਖੂਨ ਰਿਸਦਾ ਨਾ ਹੋਵੇ। ਉਹਨਾਂ ਨੇ ਸਾਧ ਸੰਗਤ ਜਦੋਂ ਚੈੱਕ ਕੀਤਾ ਤੇ ਕੋਈ ਜ਼ਖਮ ਨਹੀਂ, ਕੋਈ ਫੋੜਾ ਨਹੀਂ, ਕੋਈ ਕੁਝ ਨਹੀਂ, ਤੇ ਖੂਨ ਕਿਵੇਂ ਆ ਗਿਆ? ਬੜੇ ਹੈਰਾਨੀ ਦੀ ਗੱਲ ਸੀ। ਦੂਜੇ ਦਿਨ ਫਿਰ ਖੂਨ, ਕਹਿੰਦੇ ਵੀ ਸਮਝ ਨਾ ਲੱਗੇ ਵੀ ਖੂਨ ਆ ਕਿੱਥੋਂ ਆਇਆ। ਬਾਡੀ ਚੰਗੀ ਤਰ੍ਹਾਂ ਬਾਅਦ ਚ ਚੈੱਕ ਕੀਤੀ, ਓਹਲੇ ਹੋ ਕੇ ਸਾਧ ਸੰਗਤ ਪਰ ਕੋਈ ਏਦਾਂ ਦਾ ਕੋਈ ਜ਼ਖਮ ਨਹੀਂ ਕਿ ਜਿੱਥੋਂ ਕੋਈ ਖੂਨ ਰਿਸਦਾ ਹੋ। ਤੇ ਕਿਸੇ ਨੇ ਕਹਿ ਦਿੱਤਾ ਉਹਨਾਂ ਨੂੰ, ਜਗਜੀਤ ਸਿੰਘ ਹੋ ਸਕਦਾ ਹੈ ਤੁਹਾਡੇ ਤੇ ਕਿਸੇ ਨੇ ਕੁਝ ਕੀਤਾ ਨਾ, ਕੀਤਾ ਨਾ। ਹੁਣ ਜਿਸ ਬੰਦੇ ਨੂੰ ਆਹ ਚੀਜ਼ ਸਾਧ ਸੰਗਤ ਪਤਾ ਲੱਗ ਜੇ ਤੇ ਘਬਰਾ ਜਾਂਦਾ ਬੰਦਾ, ਭੱਜਦਾ ਫਿਰਦਾ। ਕਹਿੰਦਾ ਤੈਨੂੰ ਕਿਸੇ ਨੇ ਕੁਝ ਕੁਝ ਕਰ ਮਾਰ ਦਿੱਤਾ, ਪੁੱਛਦੇ ਬਈ ਇਹਦਾ ਫਿਰ ਕਿਵੇਂ ਕਰੀਏ। ਕਿਸੇ ਨੇ ਨਾ ਉਹਨੂੰ ਐਡਰੈਸ ਦਿੱਤਾ, ਇੱਥੇ ਲੁਧਿਆਣੇ ਦੇ ਦ੍ਰਿਸ਼ਟੀ ਗਰਾਊਂਡ ਤੁਸੀਂ ਸਾਰੇ ਜਾਣਦੇ। ਕਹਿੰਦੇ ਉਦੋਂ ਇੱਕ ਪੰਡਿਤ ਜੀ ਉੱਥੇ ਬੈਠਿਆ ਕਰਦੇ ਸਨ, ਉਹ ਇਸ ਵਿਦਿਆ ਦੇ ਬੜੇ ਮਾਹਰ ਸਨ, ਵਿਦਿਆ ਦੇ ਬੜੇ ਮਾਹਰ, ਲੋਕੀ ਉਹਨਾਂ ਕੋਲ ਮਤਲਬ ਆਉਂਦੇ ਸਨ ਇਸ ਚੀਜ਼ ਕਰਕੇ। ਤੇ ਕਹਿੰਦੇ ਉੱਥੇ ਜਾ ਕੇ ਤੁਸੀਂ ਉਹਨਾਂ ਕੋਲ ਕੋਈ ਉਪਾਅ ਦੇਖੋ ਕਿਵੇਂ। ਹੁਣ ਧਿਆਨ ਨਾਲ ਸੁਣਦੇ ਜਾਣਾ ਸਾਥ ਸਾਥ। ਕਈ ਪੁੱਛਦੇ ਨੇ ਜੀ ਬਈ ਆਹ ਚੀਜ਼ਾਂ ਹੁੰਦੀਆਂ ਕਿ ਨਹੀਂ? ਸਾਹਿਬ ਕਹਿੰਦੇ ਨੇ, ਆਹ ਪੰਕਤੀ ਤੁਹਾਨੂੰ ਆਪੇ ਕਲੀਅਰ ਕਰ ਦੇਗੀ, ਕਹਿੰਦੇ ਸ਼ਗਨ ਅਭਸ਼ਕਨ ਤਿਸ ਕੋ ਲਗੈ। ਆਖੋ ਸਤਨਾਮ ਹੈਗੀਆਂ ਤੇ ਲੱਗਦੀਆਂ ਨੇ ਨਾ। ਸ਼ਗਨ ਅਭਸ਼ਕਨ ਤਿਸ ਕੋ ਲਗੈ ਜਿਸ ਚੀਤ ਨਾਮ। ਬਾਬਾ ਜੀ ਵਚਨ ਕਰਿਆ ਕਰਦੇ ਸਨ, ਕਹਿੰਦੇ ਇਹ ਚੀਜ਼ਾਂ ਉੱਥੇ ਪ੍ਰਭਾਵ ਪਾਉਂਦੀਆਂ ਜਿੱਥੇ ਨਾਮ ਦਾ ਪਹਿਰਾ ਨਹੀਂ। ਆਖੋ ਸਤਨਾਮ, ਜਿੱਥੇ ਬਾਣੀ ਹੈ, ਜਿੱਥੇ ਸਿਮਰਨ, ਜਿੱਥੇ ਸਾਧ ਸੰਗਤ ਸੁਖਮਨੀ ਦੇ ਪਹਿਰੇ ਚੱਲਦੇ ਨੇ, ਅੰਮ੍ਰਿਤ ਵੇਲੇ ਵਾਹਿਗੁਰੂ ਸ਼ਬਦ ਦੀਆਂ ਗੂੰਜਾਂ ਉੱਠਦੀਆਂ ਨੇ, ਉੱਥੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਕਹਿੰਦੇ ਸਨ, ਉੱਥੇ ਆਹ ਚੀਜ਼ਾਂ ਨੂੰ ਕੂੜੇ ਦੇ ਡੱਬੇ ਵਿੱਚ ਵੀ ਥਾਂ ਨਹੀਂ ਮਿਲਦੀ। ਆਖੋ ਸਤਨਾਮ, ਕੂੜੇ ਦੇ ਡੱਬੇ ਵਿੱਚ ਵੀ ਥਾਂ ਨਹੀਂ ਮਿਲਦੀ, ਕੂੜੇ ਦੇ ਡੱਬੇ ਵਿੱਚ। ਯਕੀਨ ਜਾਣਿਓ ਜਿਹਦੇ ਘਰ ਹਰ ਵੇਲੇ ਬਾਣੀ ਦਾ ਪਹਿਰਾ ਚੱਲੇ,
ਸਿਮਰਨ ਦਾ ਪਹਿਰਾ ਚੱਲੇ, ਸੁਖਮਨੀ ਦੇ ਪਹਿਰੇ ਚੱਲਣ, ਜਪਜੀ ਦੇ ਪਾਠ ਹੁੰਦੇ ਹੋ, ਉੱਥੇ ਚੀਜ਼ਾਂ ਪ੍ਰਭਾਵ ਨਹੀਂ ਪਾ ਸਕਦੀ। ਹੁਣ ਉਹ ਸਾਧ ਸੰਗਤ ਦੌੜਦੇ ਗਏ ਉਹ ਪੰਡਿਤ ਜੀ ਨੂੰ ਮਿਲਣ। ਜਦੋਂ ਉਹਨਾਂ ਦੇ ਸਥਾਨ ਤੇ ਪਹੁੰਚੇ ਦ੍ਰਿਸ਼ੀ ਗਰਾਉਂਡ, ਉਦੋਂ ਉਹਨਾਂ ਦਾ ਸਥਾਨ ਪਤਾ ਲੱਗਾ ਜੀ ਕਿ ਪੰਡਿਤ ਜੀ ਦੋ ਤਿੰਨ ਦਿਨ ਵਾਸਤੇ ਬਾਹਰ ਗਏ। ਉਹ ਗਰਾਊਂਡ ਦੇ ਵਿੱਚ ਹੀ ਨਾ ਆਪਣਾ ਬੈਂਚ ਤੇ ਬੈਠ ਗਏ ਮਯੂਸ, ਤੇ ਕੁਦਰਤ ਦੀ ਨੇਤ ਸਾਸਨ, ਕੁਦਰਤੀ ਕਹਿ ਲਓ, ਕੋਈ ਗੁਰਮੁਖ ਪਿਆਰਾ ਹਿੰਦੂ ਜੈਂਟਲਮੈਨ ਉਹ ਵੀ ਆ ਕੇ ਉਸੀ ਬੈਂਚ ਤੇ ਬੈਠ ਗਏ। ਤੇ ਜਦੋਂ ਉਹਨੇ ਵੇਖਿਆ ਜਗਜੀਤ ਸਿੰਘ ਜੀ ਨੂੰ, ਗੁਰਮੀਤ ਸਿੰਘ ਜੀ ਦੇ ਫਾਦਰ ਨੂੰ, ਉਹਨੇ ਪਛਾਣ ਲਿਆ, ਕਹਿੰਦੇ ਜਗਜੀਤ ਸਿੰਘ ਤੂੰ ਇੱਥੇ। ਉਹ ਦੋਨੋਂ ਆਪਸ 'ਚ ਜਾਣਦੇ ਸਨ, ਕਹਿੰਦੇ ਇੱਥੇ ਕੀ ਕਰਦਾ ਪਿਆ? ਕਹਿੰਦੇ ਇਹ ਤਾਂ ਕਛੇਰੇ 'ਚ ਮੇਰੇ ਫੋਨ ਲੱਗ ਗਿਆ ਤੇ ਮੈਂ ਇੱਧਰ ਪੰਡਿਤ ਜੀ ਕੋਲ ਆਇਆ। ਕਹਿੰਦੇ ਬਈ ਨੋ ਡਾਊਟ ਪੰਡਿਤ ਜੀ ਬਹੁਤ ਸਿਆਣੇ ਨੇ, ਇਹਨਾਂ ਚੀਜ਼ਾਂ ਦੇ 'ਚ ਬਹੁਤ ਧਨੀ ਨੇ ਵਿਦਿਆ ਦੇ, ਪਰ ਕਹਿੰਦੇ ਯਾਰ ਇੱਕ ਚੀਜ਼ ਮੈਨੂੰ ਸਮਝ ਨਹੀਂ ਲੱਗੀ। ਉਹ ਗੁਰਮੁਖ ਪਿਆਰਾ ਹਿੰਦੂ ਜੈਂਟਲਮੈਨ ਜਗਜੀਤ ਸਿੰਘ ਜੀ ਨੂੰ ਪੁੱਛ ਰਹੇ ਨੇ, ਕਹਿੰਦੇ ਮੈਨੂੰ ਇੱਕ ਚੀਜ਼ ਸਮਝ ਨਹੀਂ ਲੱਗੀ। ਕਹਿੰਦੇ ਕੀ? ਕਹਿੰਦੇ ਯਾਰ ਗੁਰੂ ਨਾਨਕ ਸਾਹਿਬ ਨੇ ਤਾਂ ਤੁਹਾਨੂੰ ਜਪਜੀ ਦਿੱਤੀ ਹੈ, ਰਹਿਰਾਸ ਸਾਹਿਬ ਦਿੱਤੀ ਹੈ। ਕਹਿੰਦੇ ਮੇਰਾ ਮੰਨਣਾ, ਉਹ ਹਿੰਦੂ ਜੈਂਟਲਮੈਨ ਸਾਧ ਸੰਗਤ, ਯਕੀਨ ਜਾਣਨਾ ਕਈ ਵਾਰੀ ਸਿੱਖ ਦਾ ਇੰਨਾ ਵਿਸ਼ਵਾਸ ਨਹੀਂ ਹੁੰਦਾ ਬਾਣੀ ਦੇ ਉੱਪਰ ਜਿੰਨਾ ਸਾਧ ਸੰਗਤ ਹੋਰ ਧਰਮ ਦੇ ਸਰੀਰਾਂ ਦਾ ਵਿਸ਼ਵਾਸ ਬਣ ਜਾਂਦਾ। ਜਿਹਦੇ ਨਾਲ ਵਰਤੀ ਹੋਵੇ ਨਾ ਬਾਣੀ, ਫਿਰ ਉਹਦਾ ਵਿਸ਼ਵਾਸ ਬਣਦਾ ਹੀ ਬਣਦਾ। ਉਹ ਕਹਿੰਦਾ ਮੈਨੂੰ ਵਿਸ਼ਵਾਸ ਹੈ ਕਿ ਜਿਸ ਸਿੱਖ ਦੇ ਘਰ ਸਵੇਰੇ ਜਪਜੀ ਔਰ ਸ਼ਾਮੀ ਰਹਿਰਾਸ ਸਭ ਹੋਵੇ, ਕਹਿੰਦੇ ਉਹਦੇ ਘਰ ਤੇ ਚੀਜ਼ਾਂ ਆ ਹੀ ਨਹੀਂ ਸਕਦੀਆਂ। ਸਵੇਰੇ ਜਪਜੀ ਤੇ ਸ਼ਾਮੀ ਰਹਿਰਾਸ, ਕਹਿੰਦੇ ਉਹਨਾਂ ਘਰ ਦੇ ਚੀਜ਼ਾਂ ਦਾ ਤਾਂ ਪਹਿਰਾ ਹੋ ਹੀ ਨਹੀਂ ਸਕਦਾ। ਕਹਿੰਦੇ ਤੂੰ ਜਪਜੀ ਪੜ੍ਹਦਾ? ਕਹਿੰਦੇ ਨਹੀਂ। ਸ਼ਾਮੀ ਰਹਿਰਾਸ ਸਾਹਿਬ ਕਰਿਆ ਕਰਦੇ? ਕਹਿੰਦੇ ਨਹੀਂ। ਗੁਰਮੀਤ ਸਿੰਘ ਜੀ ਦੱਸਦੇ, ਕਹਿੰਦੇ ਉਸ ਤੋਂ ਪਹਿਲੇ ਮੇਰੇ ਪਿਤਾ ਜੀ ਨਾ ਜਪਜੀ ਸਾਹਿਬ ਦਾ ਪਾਠ ਕਰਦੇ ਸਨ ਨਾ ਰਹਿਰਾਸ ਸਾਹਿਬ ਦਾ। ਉਹ ਹਿੰਦੂ ਜੈਂਟਲਮੈਨ ਨੇ ਪੁੱਛਿਆ, ਕਹਿੰਦੇ ਜਗਜੀਤ ਸਿੰਘ ਜਪਜੀ ਸਾਹਿਬ ਦਾ ਪਾਠ ਕਰਦੇ? ਕਹਿੰਦੇ ਨਾ। ਰਹਿਰਾਸ ਸਾਹਿਬ ਦਾ? ਕਹਿੰਦੇ। ਕਹਿੰਦੇ ਫਿਰ ਇਹ ਚੀਜ਼ਾਂ ਨੇ ਤਾਂ ਆਪੇ ਹੀ ਆਉਣਾ, ਆਪੇ ਹੀ ਪ੍ਰਭਾਵ ਪਾਉਣਾ। ਕਹਿੰਦੇ ਭਾਵੇਂ ਅਸੀਂ ਸਿੱਖੀਜ਼ਮ 'ਚ ਨਹੀਂ ਹਾਂ ਪਰ ਸਾਡਾ ਪੂਰਾ ਪਰਿਵਾਰ, ਉਹ ਹਿੰਦੂ ਜੈਂਟਲਮੈਨ ਕਹਿਣ ਲੱਗਾ, ਕਹਿੰਦਾ ਸਾਡਾ ਪੂਰਾ ਪਰਿਵਾਰ ਸਵੇਰੇ ਜਪਜੀ ਕੀਤੇ ਬਿਨਾਂ ਰੋਟੀ ਨਹੀਂ ਖਾਂਦਾ ਤੇ ਸ਼ਾਮੀ ਰਹਿਰਾਸ ਕੀਤੇ ਬਿਨਾਂ ਰੋਟੀ ਨਹੀਂ ਖਾਂਦਾ। ਕਈ ਘਰਾਂ 'ਚ ਅੱਜ ਵੀ ਹੈ, ਸ਼ਾਮ ਦੀ ਰਹਿਰਾਸ ਤੋਂ ਬਾਅਦ ਬੰਦਾ ਕੁਝ ਫਿਰ ਖਾਂਦਾ ਪੀਂਦਾ। ਕਈਆਂ ਦੇ ਘਰ ਇਹ ਸਿਸਟਮ ਅੱਜ ਵੀ ਚੱਲਦਾ, ਸਵੇਰੇ ਜਪਜੀ ਤੋਂ ਪਹਿਲਾਂ, ਜਪਜੀ ਕੀਤੇ ਬਿਨਾਂ ਕੁਝ ਮੁੱਖ ਨੂੰ ਲਾਣਾ ਨਹੀਂ ਤੇ ਸ਼ਾਮੀ ਜਦ ਤੱਕ ਰਹਿਰਾਸ ਸਾਹਿਬ ਨਹੀਂ ਹੋ ਜਾਂਦੀ ਮੁੱਖ ਨੂੰ ਕੁਝ ਨਹੀਂ ਜਾਣਦੀ। ਤੇ ਕਹਿੰਦੇ ਯਾਰ ਕਮਾਲ ਦੀ ਗੱਲ, ਸਾਡੇ ਘਰਾਂ 'ਚ, ਉਹ ਹਿੰਦੂ ਜੈਂਟਲਮੈਨ ਕਹਿਣ ਲੱਗਾ, ਕਹਿੰਦੇ ਸਾਡੇ ਘਰਾਂ 'ਚ ਇਹ ਪਰੰਪਰਾ ਹੈ ਵੀ ਸਵੇਰੇ ਜਪਜੀ ਤੋਂ ਪਹਿਲੇ ਕੁਝ ਖਾਣਾ ਨਹੀਂ, ਸ਼ਾਮ ਰਹਿਰਾਸ ਸਾਹਿਬ ਤੋਂ ਪਹਿਲੇ ਕੁਝ ਖਾਣਾ ਨਹੀਂ, ਕਰਕੇ ਰਹਿਰਾਸ ਸਾਹਿਬ ਕਰਕੇ ਖਾਣੀ ਕੁਝ ਕੁਝ। ਤੇ ਕਹਿੰਦੇ ਤੁਹਾਡੇ ਘਰ ਇੱਥੇ ਹੀ? ਜਗਜੀਤ ਸਿੰਘ ਜੀ ਨੂੰ ਬੜੀ ਸ਼ਰਮ ਆਈ ਉਸ ਘਰ ਆਏ। ਉਸ ਦਿਨ ਤੋਂ ਬਾਅਦ ਗੁਰਮੀਤ ਸਿੰਘ ਜੀ ਦੱਸਦੇ, ਕਹਿੰਦੇ ਉਸ ਦਿਨ ਤੋਂ ਬਾਅਦ ਪਿਤਾ ਜੀ ਨੇ ਘਰ 'ਚ ਇੱਕ ਰੂਲ ਪਾਸ ਕਰ ਦਿੱਤਾ ਕਿ ਸਵੇਰੇ
ਜਪਜੀ ਜਿਹਨੇ ਨਹੀਂ ਕੀਤੀ ਉਹਨੂੰ ਖਾਣ ਲਈ ਕੁਝ ਨਹੀਂ ਮਿਲਦਾ, ਤੇ ਸ਼ਾਮੀ ਰੈਰਾਸ ਜਦ ਤੱਕ ਨਹੀਂ ਹੁੰਦੀ, ਸ਼ਾਮ ਨੂੰ ਖਾਣ ਲਈ ਕੁਝ ਨਹੀਂ ਮਿਲਦਾ ਜਦ ਤੱਕ ਰੈਰਾਸ ਨਹੀਂ। ਉਸ ਦਿਨ ਤੋਂ ਬਾਅਦ ਆਪ ਵੀ ਜਪਜੀ ਸਾਹਿਬ ਦਾ ਪਾਠ ਤੇ ਰੈਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਪਰਿਵਾਰ 'ਚ ਸਾਰਿਆਂ ਨੂੰ ਸ਼ੁਰੂ ਕਰਵਾ ਦਿੱਤਾ। ਮੈਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਹੀ ਗੱਲ ਕਰ ਰਿਹਾ ਸਾਸੰਗ, ਜੋ ਮੈਨੂੰ ਗੁਰਮੀਤ ਸਿੰਘ ਜੀ ਨੇ ਦੱਸਿਆ, ਉਹ ਗੁਰਮੁਖ ਪਿਆਰਿਆ ਕਹਿੰਦੇ ਵੀਰ ਜੀ ਉਹ ਦਿਨ 1972 ਜਦੋਂ ਜਪਜੀ ਸਾਹਿਬ ਦੇ ਰੈਰਾਸਾ ਦਾ ਪਾਠ ਸ਼ੁਰੂ ਕੀਤਾ ਤੇ ਜਦ ਤੱਕ ਪਿਤਾ ਜੀ ਜਿੰਦਾ ਰਹੇ ਪਾਠ 'ਚ ਨਾਗਾ ਨਹੀਂ ਪਾਇਆ, ਇੱਕ ਦਿਨ ਦਾ ਵੀ ਨਾਗਾ ਨਹੀਂ ਪਾਇਆ ਤੇ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਕਦੇ ਕਛੇਰੇ 'ਚ ਖੂਨ ਨਹੀਂ ਲੱਗਿਆ। ਆਖੋ ਸਤਨਾਮ। ਇਹ ਕਰਮਾਂ ਵਾਲਿਓ ਬਾਣੀ ਦਾ ਐਡਾ ਵੱਡਾ ਪ੍ਰਭਾਵ ਹੈ, ਬਾਣੀ ਦਾ ਐਡਾ ਵੱਡਾ ਪ੍ਰਭਾਵ। ਬਾਬਾ ਜੀ ਹਿੰਗ ਠੋਕ ਕੇ ਕਹਿੰਦੇ ਸਨ ਜਿਸ ਘਰ 'ਚ ਬਾਣੀ ਦਾ ਪਹਿਰਾ ਉਹ ਕੂੜੇ ਦੇ ਡੱਬੇ ਵਿੱਚ ਵੀ ਆ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ।